ਸਾਰੇ ਹੀ ਪਾਗਲ ਹੋਏ
ਸਭ ਨੂੰ ਸਤਿਗੁਰ ਨੇ ਆਪਣੇ ਗੋਦ ਵਿੱਚ ਬਿਠਾ ਰੱਖਿਆ। ਪਰ ਸੰਤ ਮਾਤਾ ਜੀ ਨੇ ਬੜਾ ਅਨਮੋਲ ਵਚਨ ਕੀਰਤਨ ਰਾਹੀਂ ਕੀਤਾ ਸੀ ਕਿ ਅਸੀਂ ਗੁਰਪੁਰਬ ਤੇ ਜਾਈਏ, ਅਸੀਂ ਬੁੱਧ ਨਾ ਬਣੀਏ ਸਰੀਰ ਬਣੀਏ। ਬੁੱਧ ਕੁਛ ਨਹੀਂ ਸੁਣਦਾ, ਕੁਛ ਨਹੀਂ ਬੋਲਦਾ, ਪਰ ਇਸ ਸਰੀਰ ਨੂੰ ਸਤਿਗੁਰਾਂ ਦੀਆਂ ਬੜੀਆਂ ਬਖਸ਼ਿਸ਼ਾਂ। ਤੇ ਸਤਿਗੁਰਾਂ ਨੇ ਵੀ ਜੋ ਇਹ ਬਖਸ਼ਿਸ਼ ਕੀਤੀ ਹੈ, ਹੱਥ ਪੈਰ ਬਖਸ਼ਿਆ ਸੇਵਾ ਲਈ, ਕੰਨ ਬਖਸ਼ਿਆ ਸਰਵਨ ਲਈ, ਮੁੱਖ ਬਖਸ਼ਿਆ ਹੈ ਬੋਲਣ ਲਈ, ਤਾਂ ਇੱਥੇ ਆ ਕੇ ਉਹਨਾਂ ਕੋਲ ਕੰਮ ਲਈ ਸਰੀਰ। ਜੇ ਅਸੀਂ ਹਿਰਦੇ ਦੇ ਨਾਲ ਬਾਣੀ ਸੁਣਾਂਗੇ, ਸਾਡੀ ਸੋਚ ਜਿਹੜੀ ਹੈ ਉਹ ਇੰਟੈਲੈਕਚੁਅਲ ਨਾ ਹੋ ਕੇ ਪ੍ਰੇਮਫੁੱਲ ਹੋਵੇ, ਪਿਆਰ ਵਾਲੀ, ਅਰਦਾਸ ਵਾਲੀ। ਇੱਕ ਤਾਂ ਹੁੰਦਾ ਹੈ ਕਿ ਸ਼ਬਦ ਸ਼ੁਰੂ ਹੋਇਆ, ਮਨ ਵਿੱਚ ਵਿਚਾਰ ਆ ਗਿਆ, ਇਹ ਸ਼ਬਦ ਤਾਂ ਅਸਾਂ ਸੁਣਿਆ ਹੋਇਆ, ਇਹ ਮਨ ਵਿੱਚ ਵੀ ਹੋਰ ਪਾਸੇ ਲੱਗ ਗਿਆ। ਇੱਕ ਹੁੰਦਾ ਹੈ ਕਿ ਉਸਦੀ ਇੱਕ ਇੱਕ ਪੰਕਤੀ ਦੇ ਨਾਲ ਅਸੀਂ ਬੋਲਣਾ ਸ਼ੁਰੂ ਕਰ ਦਈਏ, ਝੋਲੀ ਸਤਿਗੁਰਾਂ ਦੇ ਚਰਣਾਂ ਅੱਗੇ ਅੱਡ ਦਈਏ, ਤੇ ਉਸ ਮਾਲਕ ਦੀ ਯਾਦ ਵਿੱਚ ਹੋ ਜਾਏ, ਭੁੱਲ ਜਾਈਏ ਆਪਣਾ ਪਾਸਟ, ਬੀਤਿਆ ਹੋਇਆ ਸਮਾਂ, ਭੁੱਲ ਜਾਈਏ ਆਉਣੇ ਵਾਲਾ ਸਮਾਂ, ਕਿਉਂਕਿ ਪਿਛਲਾ ਸਮਾਂ ਹੱਥ ਨਹੀਂ ਆਉਣਾ, ਅਗਲੇ ਦੇ ਬਾਰੇ ਪਤਾ ਨਹੀਂ। ਤਾਂ ਜਿਹੜਾ ਵਰਤਮਾਨ ਸਮਾਂ ਹੈ ਕੀ ਹੈ ਕਿ ਸੰਗਤਾਂ ਬੈਠੀਆਂ ਹਨ, ਕੀਰਤਨ ਹੋ ਰਿਹਾ ਹੈ, ਸਤਿਗੁਰਾਂ ਦੇ ਦਰਸ਼ਨ ਦੀਦਾਰੇ ਹੋ ਰਹੇ ਹਨ, ਤਾਂ ਆਓ ਪਿਆਰ ਨਾਲ ਇਨ ਤੂਫਾਨ ਨੂੰ ਫਿਰ ਪੜੀਏ ਤੇ ਮਨ ਸਤਿਗੁਰਾਂ ਦੇ ਚਰਣਾਂ ਦੇ ਨਾਲ ਜੋੜੋ। ਐਸੀ ਪ੍ਰੀਤ ਕਰੋ, ਐਸੀ ਪ੍ਰੀਤ ਕਰੋ, ਐਸੀ ਪ੍ਰੀਤ ਕਰੋ, ਐਸੀ ਪ੍ਰੀਤ ਕਰੋ, ਐਸੀ ਪ੍ਰੀਤ ਕਰੋ। ਮਨ ਮੇਰੇ ਐਸੀ ਪ੍ਰੀਤ
ਸ਼ਰਧ ਹੈ ਜਿਹਨਾਂ ਨੇ ਪਿਆਰ ਵਿੱਚ ਸਮਰਪਿਤ ਸੰਤਾਂ ਨੂੰ ਸੰਤ ਮਾਤਾ ਰਾਮ ਕੌਰ ਜਿਹਨਾਂ ਦੇ ਪਰਉਪਕਾਰ ਕਿਤਨੇ ਹਨ